ਪੁਰਾਤਨ ਸਮਿਆਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਬਹੁਤ ਵੱਡਾ ਵਪਾਰੀ ਰਹਾ ਕਰਦਾ ਸੀ ਉਹ ਜਹਾਜ਼ਾਂ ਦੇ ਨਾਲ ਆਪਣਾ ਮਾਲ ਦੂਜਿਆਂ ਦੇਸ਼ਾਂ ਦੇ ਵਿੱਚ ਭਜਵਾਇਆ ਕਰਦਾ ਸੀ ਉਹ ਇੰਨਾ ਜ਼ਿਆਦਾ ਅਮੀਰ ਸੀ ਕਿ ਉਸ ਦੇ ਚਰਚੇ ਪੂਰੇ ਇਲਾਕੇ ਦੇ ਵਿੱਚ ਸਨ ਉਸ ਦੀ ਇੱਕ ਖੂਬੀ ਸੀ ਕਿ ਉਹ ਜਿੰਨਾ ਜ਼ਿਆਦਾ ਧਨ ਕਮਾਉਂਦਾ ਸੀ ਉਹ ਦੂ ਕਿਤੇ ਜਿਆਦਾ ਦਿਲ ਖੋਲ ਕੇ ਦਾਨ ਕਰਿਆ ਕਰਦਾ ਸੀ ਪਰ ਉਸ ਦੀ ਘਰ ਵਾਲੀ ਬੇਹੱਦ ਕੰਜੂਸ ਬਿਰਤੀ ਦੀ ਔਰਤ ਸੀ ਉਹ ਕਿਸੇ ਨੂੰ ਇੱਕ ਪੈਸਾ ਵੀ ਦਾਨ ਨਹੀਂ ਸੀ ਦਿੰਦੀ ਤੇ ਆਪਣੇ ਪਤੀ ਨੂੰ ਵੀ ਰੋਕਦੀ ਰਹਿੰਦੀ ਸੀ ਟੋਕਦੀ ਰਹਿੰਦੀ ਸੀ ਕਿ ਦਾਨ ਨਾ ਕਰਿਆ ਕਰ ਉਸ ਨੂੰ ਆਪਣੇ ਪਤੀ ਦੇ ਦਾਨ ਕਰਨ ਵਾਲੀ ਆਦਤ ਤੇ ਬਹੁਤ ਜ਼ਿਆਦਾ ਗੁੱਸਾ ਆਉਂਦਾ ਰਹਿੰਦਾ ਸੀ ਇੱਕ ਵਾਰ ਦੀ ਗੱਲ ਹੈ ਕਿ ਉਹ ਸੇਠ ਵਪਾਰ ਦੇ سلسلے ਦੇ ਵਿੱਚ ਕਿਸੇ ਦੂਜੇ ਦੇਸ਼ ਗਿਆ ਹੋਇਆ ਸੀ ਉਸ ਦੇ ਪਿੱਛੋਂ ਇੱਕ ਪਹੁੰਚਿਆ ਹੋਇਆ ਸਾਧੂ ਉਹਨਾਂ ਦੇ ਪਿੰਡ ਮੰਗਣ ਆ ਗਿਆ ਹੁਣ ਉਹ ਸਾਧੂ ਉਸ ਵਪਾਰੀ ਦੇ ਘਰ ਵੀ ਗਿਆ ਉਸਨੇ ਵਪਾਰੀ ਦੇ ਘਰ ਵਾਲੀ ਤੋਂ ਜਾ ਕੇ ਭਿਖਿਆ ਮੰਗੀ ਵਪਾਰੀ ਦੀ ਘਰ ਵਾਲੀ ਕਹਿਣ ਲੱਗੀ ਕਿ ਹੇ ਸਾਧੂ ਮਹਾਰਾਜ ਮੈਂ ਇਸ ਪੁੰਨਦਾਨ ਤੋਂ ਬਹੁਤ ਤੰਗ ਆ ਚੁੱਕੀ ਹਾਂ ਮੈਂ ਤੈਨੂੰ ਦਾਨ ਜ਼ਰੂਰ ਦਿਆਂਗੀ ਜੋ ਤੂੰ ਮੰਗੇਗਾ ਤੈਨੂੰ ਮੂਹ ਮੰਗਿਆ ਦਾਨ ਮਿਲੇਗਾ ਪਰ ਤੂੰ ਮੇਰੀ ਇੱਕ ਨਿੱਕੀ ਜਿਹੀ ਸਮੱਸਿਆ ਦਾ ਨਿਵਾਰਣ ਕਰ ਦੇ ਉਹ ਕਹਿਣ ਲੱਗੀ ਕਿ ਮੈਨੂੰ ਕੋਈ ਅਜਿਹਾ ਉਪਾਅ ਅਜਿਹਾ ਮੰਤਰ ਐਸਾ ਢੰਗ ਤਰੀਕਾ ਦੱਸ ਜਾ ਕਿ ਜਿਹਦੇ ਨਾਲ ਸਾਡੀ ਸਾਰੀ ਧਨ ਸੰਪਤੀ ਜਾਇਦਾਦ ਨਸ਼ਟ ਹੋ ਜਾਵੇ ਤਾਂ ਕਿ ਮੈਂ ਆਰਾਮ ਦੇ ਨਾਲ ਆਪਣਾ ਬਾਕੀ ਦਾ ਜੀਵਨ ਬਤੀਤ ਕਰ ਸਕਾਂ ਕਿਉਂਕਿ ਮੈਂ ਆਦਾਨ ਕਰਨ ਵਾਲੀ ਗੱਲ ਤੋਂ ਬੇहद ਜ਼ਿਆਦਾ ਪਰੇਸ਼ਾਨ ਹਾਂ ਮੈਂ ਨਹੀਂ ਚਾਹੁੰਦੀ ਕਿ ਮੈਨੂੰ ਵਾਰ-ਵਾਰ ਦਾਨ ਦੇਣਾ ਪਵੇ ਦਾਨ ਕਰਨਾ ਪਵੇ ਹੁਣ ਉਹ ਸਾਧੂ ਮਹਾਰਾਜ ਬੜਾ ਹੈਰਾਨ ਹੋਇਆ ਕਹਿਣ ਲੱਗਾ ਕਿ ਹੇ ਬੀਬੀ ਤੂੰ ਬਹੁਤ ਹੀ ਵਿਜੈਤਰ ਸੁਭਾਅ ਦੀ ਹੈ ਮੈਂ ਅੱਜ ਤੱਕ ਇਸ ਦੁਨੀਆ ਤੇ ਕੋਈ ਇਨਸਾਨ ਨਹੀਂ ਦੇਖਿਆ ਜੋ ਧਨ ਜ਼ਿਆਦਾ ਹੋਣ ਕਰਕੇ ਦੁਖੀ ਹੋਇਆ ਹੋਵੇ ਧਨ ਘੱਟ ਹੋਣ ਕਰਕੇ ਤਾਂ ਸਾਰੀ ਦੁਨੀਆ ਰੋਂਦੀ ਹੈ ਪਰ ਤੂੰ ਧਨ ਜ਼ਿਆਦਾ ਹੋਣ ਕਰਕੇ ਵਿਰਲਾਪ ਕਰ ਰਹੀ ਹੈ ਰੋ ਰਹੀ ਹੈ ਮੈਂ ਤੇਰੇ ਤੇ ਹੈਰਾਨ ਜੇਕਰ ਤੇਰੇ ਕੋਲ ਧਨ ਜਿਆਦਾ ਹੈ ਤਾਂ ਤੁਸੀਂ ਚੰਗੇ ਕੰਮਾਂ ਦੇ ਵਿੱਚ ਲਾਓ ਕੁਵਾਰੀਆਂ ਕਨਿਆਵਾਂ ਦਾ ਵਿਆਹ ਕਰਵਾਓ ਵਾਧੂ ਸਾਰੇ ਸਕੂਲ ਬਣਵਾਓ ਵਿਦਿਆਲੇ ਬਣਵਾਓ ਬਾਗ ਬਗੀਚੇ ਬਣਵਾਓ ਅਜੇ ਪੁੰਨ ਦਾਨ ਦੇ ਕੰਮ ਕਰਕੇ ਤੁਸੀਂ ਆਪਣਾ ਲੋਕ ਵੀ ਸੁਧਾਰ ਲਵੋ ਤੇ ਪਰਲੋਕ ਵੀ ਸਵਾਰ ਲਵੋ ਇਹਨਾਂ ਸਾਰੀਆਂ ਗੱਲਾਂ ਦਾ ਉਸ ਬੀਬੀ ਤੇ ਕੋਈ ਅਸਰ ਨਹੀਂ ਹੋਇਆ ਉਸ ਨੂੰ ਪੋਰਾ ਉਸ ਤੇ ਇੱਕ ਵੀ ਗੱਲ ਪੱਲੇ ਨਹੀਂ ਪਈ ਸਗੋਂ ਉਸ ਨੂੰ ਹੋਰ ਗੁੱਸਾ ਆਇਆ ਕੇ ਸਾਧੂ ਮਹਾਰਾਜ ਇੱਕ ਉਲਟੀ ਪੱਟੀ ਪੜਾ ਰਿਹਾ ਪੁੱਠੀ ਸਲਾਹ ਦੇ ਰਿਹਾ ਉਹ ਕਹਿੰਦੇ ਕਿ ਮੈਂ ਨਹੀਂ ਕਿਸੇ ਨੂੰ ਦਾਨ ਦੇਣਾ ਬਸ ਤੂੰ ਇਸ ਤਰ੍ਹਾਂ ਕਰ ਜੋ ਮੈਂ ਤੇਰੇ ਅੱਗੇ ਆਪਣੀ ਇੱਛਾ ਰੱਖੀ ਹੈ ਉਹ ਪੂਰੀ ਕਰ ਦੇ ਮੈਂ ਕਿਸੇ ਨੂੰ ਦਾਨ ਦੇਣਾ ਜ਼ਰੂਰੀ ਨਹੀਂ ਸਮਝਦੀ ਜੋ ਕੁਝ ਸਾਡੇ ਕੋਲ ਹੈ ਸਾਰਾ ਕੁਝ ਫੂਕਨ ਦਾ ਮੈਨੂੰ ਢੰਗ ਤਰੀਕਾ ਦੱਸ ਦੇ ਉਹਨਾਂ ਨੇ ਕਹਿਣ ਲੱਗਾ ਕਿ ਜੇਕਰ ਤੇਰੀ ਇਹੀ ਇੱਛਾ ਹੈ ਭਾਈ ਤਾਂ ਮੈਂ ਤੈਨੂੰ ਇੱਕ ਉਪਾਅ ਦੱਸ ਦਿੰਦਾ ਹਾਂ ਉਹਨਾਂ ਨੇ ਉਪਾਅ ਦੱਸਿਆ ਕਿ ਇਸ ਤਰ੍ਹਾਂ ਕਰਿਆ ਕਰ ਆਪਣੇ ਪਤੀ ਨੂੰ ਹਰ ਗਲਤੀ ਝੂਠ ਬੋਲਿਆ ਕਰ ਆਪਣੇ ਪਤੀ ਨੂੰ ਉਹਲਾ ਛੁਪਾ ਰੱਖਿਆ ਕਰ ਉਹਨੂੰ ਸੱਚੀ ਗੱਲ ਨਾ ਦੱਸਿਆ ਕਰ ਦੂਜੀ ਗੱਲ ਇਹ ਉਸਨੂੰ ਉਤਸ਼ਾਹਿਤ ਕਰ ਲੈ ਕਿ మాਸ ਤੇ ਮਦਰਾ ਦਾ ਸੇਵਨ ਕਰੇ ਵੱਤੋ ਵੱਤ ਸੇਵਨ ਕਰੇ ਇਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਆਪਣੇ ਆਪ ਜਦੋਂ ਇਹ ਕੰਮ ਕਰਨ ਲੱਗ ਪਿਆ ਤਾਂ ਕਰਾਹੇ ਤੁਰ ਪਵੇਗਾ ਤੈਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਆਪਣੇ ਆਪ ਉਸਨੇ ਆਪਣਾ ਧੰਨ ਫੂਕ ਦੇਣਾ ਇਸੇ ਤਰੀਕੇ ਹੋਇਆ ਕਿ 2 ਮਹੀਨਿਆਂ ਦੇ ਸਮੇਂ ਦਾ ਸਾਦੂ ਉਹਨਾਂ ਨੂੰ ਵਾਦਾ ਕਰਕੇ ਗਿਆ ਸੀ ਕਿ ਦੋ ਮਹੀਨੇ ਸਾਰੇ ਕੰਮ ਹੋ ਗਏ ਤਾਂ ਤੇਰਾ ਮਸਲਾ ਹੱਲ ਹੋ ਜਾਵੇਗਾ ਇਸੇ ਤਰ੍ਹਾਂ ਹੀ ਹੋਇਆ ਉਸ ਵਪਾਰੀ ਦੀ ਘਰਵਾਲੀ ਨੇ ਸਾਰਾ ਕੁਝ ਉਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਦਾ ਪਤੀ ਵਿਦੇਸ਼ ਤੋਂ ਵਾਪਸ ਆਇਆ ਤਾਂ ਉਸ ਨੇ ਹਰ ਗੱਲ ਤੇ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਚੰਗੀਆਂ ਚੀਜ਼ਾਂ ਲਕੋਣੀਆਂ ਸ਼ੁਰੂ ਕਰ ਦਿੱਤੀਆਂ ਵਪਾਰ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਲਕੋਲੀਆਂ ਆਪਣੇ ਆਪ ਘਾਟੇ ਪੈਣ ਲੱਗ ਪਏ ਫਿਰ ਉਸ ਨੇ ਆਪਣੇ ਪਤੀ ਨੂੰ ਮਾਸ ਅਤੇ ਮਦਰਾ ਦੇ ਇਸਤੇਮਾਲ ਕਰਨ ਲਈ ਰਾਜ਼ੀ ਕਰ ਲਿਆ ਉਸਾਰਾ ਕੁਝ ਭੁੱਲ ਭੁਲਾ ਗਿਆ ਜਿੰਨਾਂ ਨੂੰ ਕੁਝ ਲੈਣਾ ਸੀ ਜਿੰਨਾਂ ਦਾ ਕੁਝ ਦੇਣਾ ਸੀ ਉਹਨਾਂ ਨੇ ਤਾਂ ਆਪੇ ਉਸ ਦੀ ਗੱਲ ਵਿੱਚ ਆ ਕੇ ਰੱਸਾ ਪਾਉਣਾ ਸੀ ਕਰ ਕਰਾ ਕੇ 2 ਮਹੀਨਿਆਂ ਦੇ ਵਿੱਚ ਸਾਰਾ ਕੁਝ ਨਾਸ ਹੋ ਗਿਆ ਉਸ ਦੀ ਜਿੰਨੀ ਸੰਪਤੀ ਧਨ ਜਾਇਦਾਦ ਜੋ ਕੁਝ ਵੀ ਸੀ ਉਹ ਮਿੱਟੀ ਹੋ ਗਿਆ 2 ਮਹੀਨਿਆਂ ਤੱਕ ਅਜਿਹੀ ਹਾਲਤ ਬਣ ਗਈ ਕਿ ਲੈਣ ਦੇਣ ਵਾਲਿਆਂ ਨੇ ਉਹਨਾਂ ਦਾ ਘਰ ਵੀ ਆ ਕੇ ਨੱਪ ਲਿਆ ਉਹਨਾਂ ਨੂੰ ਘਰੋਂ ਕੱਢ ਦਿੱਤਾ ਹੁਣ ਜਦੋਂ ਜੇਬ ਵਿੱਚ ਕੁਝ ਨਹੀਂ ਸੀ ਤਾਂ ਉਸ ਨੇ ਜਿਹੜੇ ਨਵੇਂ ਸ਼ੌਂਕ ਪਾਲ ਲਏ ਸੀ ਉਸ ਤੇ ਉਹ ਵੀ ਛੁੱਟ ਗਏ ਤੇ ਉਸ ਤੋਂ ਬਾਅਦ ਉਸ ਦੀ ਅੱਖ ਖੁੱਲੀ ਕਿ ਮੈਨੂੰ ਤਾਂ ਨਾਸ ਕਰਨ ਵਾਲੀ ਮੇਰੀ ਘਰ ਵਾਲੀ ਹੈ ਸੋ ਉਸ ਨੇ ਆਪਣੀ ਘਰ ਵਾਲੀ ਨੂੰ ਨਾਲ ਲਿਆ ਤੇ ਉਸ ਨੂੰ ਉਸ ਦੇ ਪੇਕੇ ਘਰ ਛੱਡ ਆਇਆ ਤੇ ਹੱਥ ਜੋੜ ਦਿੱਤੇ ਕਿ ਤੂੰ ਬਹੁਤ ਮੇਰਾ ਸਵਾਰ ਦਿੱਤਾ ਹੁਣ ਕਿਰਪਾ ਕਰਕੇ ਮੇਰੇ ਮੱਥੇ ਨਾ ਲੱਗੀ ਉਸ ਉਪਰੰਤ ਉਹ ਆਪਣਾ ਪਿੰਡ ਵੀ ਛੱਡ ਗਿਆ ਕਿਸੇ ਦੂਰ ਨਗਰ ਜਾ ਵਸਿਆ ਉੱਥੇ ਜਾ ਕੇ ਉਹ ਲੱਕੜੀਆਂ ਦਾ ਕੰਮ ਕਰਨ ਲੱਗ ਪਿਆ ਜੰਗਲ ਦੇ ਵਿੱਚੋਂ ਲੱਕੜਾਂ ਵੱਢ ਕੇ ਲਿਆਉਂਦਾ ਤੇ ਪਿੰਡ-ਪਿੰਡ ਜਾ ਕੇ ਵੇਚ ਦਿੰਦਾ ਆਪਣੇ ਖਾਂਜੂਗਾ ਧਨ ਇਕੱਠਾ ਕਰ ਲੈਂਦਾ ਇੱਕ ਦਿਨ ਉਹ ਜੰਗਲ ਦੇ ਵਿੱਚ ਬੈਠਾ ਲੱਕੜਾਂ ਵੱਢਣ ਤੋਂ ਪਹਿਲਾਂ ਆਪਣੀ ਪੁਰਾਣੀ ਹਾਲਤ ਯਾਦ ਕਰ ਰਿਹਾ ਸੀ ਤੇ ਉੱਚੀ-ਉੱਚੀ ਰੋ ਰਿਹਾ ਸੀ। ਉਹੀ ਸਾਧੂ ਬਾਬਾ ਉਸ ਜੰਗਲ ਵਿੱਚ ਲੰਘ ਰਿਹਾ ਸੀ। ਉਹ ਰੋਣ ਦੀ ਆਵਾਜ਼ ਸੁਣ ਕੇ ਉਸ ਦੇ ਸਰਾਨੇ ਆਣ ਬੈਠੇ। ਕਹਿੰਦੇ ਭਾਈ ਗੱਲ ਦੱਸ, ਮੈਨੂੰ ਦੱਸ ਕੀ ਗੱਲ ਹੈ? ਕਿਉਂ ਰੋ ਰਿਆਂ ਉੱਚੀ-ਉੱਚੀ ਬੱਚਿਆਂ ਵਾਂਗੂ ਰੋ ਰਿਆਂ ਤੂੰ ਤਾਂ। ਉਸਨੇ ਆਪਣੀ ਸਾਰੀ ਵਿਥਿਆ ਬਿਆਨ ਕਰ ਦਿੱਤੀ। ਸਾਧੂ ਬਾਬੇ ਨੂੰ ਪਤਾ ਸੀ ਕਿ ਇਸ ਦੇ ਨਾਲ ਜੋ ਵਾਪਰਿਆ ਜੋ ਹੋਇਆ। ਸਾਧੂ ਬਾਬੇ ਨੇ ਉਸ ਨੂੰ ਦਲਾਸਾ ਦਿੰਦਿਆਂ ਕਿਹਾ ਕਿ ਭਾਈ ਸਾਰਾ ਕਸੂਰ ਤੇ ਤੇ ਘਰ ਵਾਲੀ ਦਾ ਤੇਰਾ ਤਾਂ ਕਸੂਰ ਹੀ ਕੋਈ ਨਹੀਂ ਤੂੰ ਦੁਬਾਰਾ ਮਿਹਨਤ ਕਰੇਗਾ ਤਾਂ ਸਾਰਾ ਕੁਝ ਬਣ ਜਾਵੇਗਾ ਤੇ ਐਵੇਂ ਜੇ ਰੋਂਦਾ ਰਿਹਾ ਤਾਂ ਫਿਰ ਪੱਲੇ ਕੱਖ ਵੀ ਨਹੀਂ ਪੈਣਾ ਸਾਧੂ ਬਾਬੇ ਨੇ ਉਸ ਨੂੰ ਹੱਲ ਦੱਸਿਆ ਕਿ ਤੂੰ ਇਸ ਤਰ੍ਹਾਂ ਕਰਿਆ ਕਰ ਆਪਣੇ ਕੰਮ ਕਰ ਵੱਲ ਵੀ ਧਿਆਨ ਦੇ ਨਾਲ ਨਾਲ ਤੂੰ ਆਪਣਾ ਪੂਜਾ ਪਾਠ ਵੀ ਕਰ ਤੂੰ ਦੋ ਪੈਸੇ ਦਾ ਪ੍ਰਸ਼ਾਦ ਲੈ ਕੇ ਸੰਗਤਾਂ ਦੇ ਵਿੱਚ ਵੰਡਿਆ ਕਰ ਜਿਹੜੀਆਂ ਪ੍ਰਮਾਤਮਾ ਦਾ ਨਾਮ ਲੈਂਦੀਆਂ ਨੇ ਉਹਨਾਂ ਨੂੰ ਕੁਛ ਨਾ ਕੁਛ ਮਿੱਠਾ ਪ੍ਰਸ਼ਾਦ ਲੈ ਕੇ ਵੰਡਿਆ ਕਰ ਉਹ ਕਹਿਣ ਲੱਗਿਆ ਕਿ ਬਾਬਾ ਜੀ ਮੈਂ ਤਾਂ ਲੱਕੜਾਂ ਦਾ ਕਾਰੋਬਾਰ ਕਰਦਾ ਮੇਰੇ ਲਈ 2 ਪੈਸੇ ਜੋੜਨਾ ਬਹੁਤ ਵੱਡੀ ਗੱਲ ਹੈ ਸ਼ਾਇਦ ਅੱਜ ਦੀ ਤਰੀਕ ਵਿੱਚ ਮੈਂ ਇੰਨਾ ਪੈਸਾ ਨਹੀਂ ਜੋੜ ਸਕਦਾ ਮੈਨੂੰ ਕੋਈ ਹੋਰ ਸਸਤਾ ਸਰਲ ਉਪਾਦ ਸਾਧੂ ਬਾਬਾ ਦੱਸਣ ਲੱਗੇ ਕਿ ਭਾਈ ਤੂੰ ਲੱਕੜਾਂ ਲੈ ਕੇ ਪਿੰਡ-ਪਿੰਡਾਂ ਵਿੱਚ ਤੂੰ ਜਾ ਕੇ ਨੇੜਲੇ ਸ਼ਹਿਰ ਵਿੱਚ ਗਿਆ ਤੈਨੂੰ ਚੌਗਣੇ ਭਾਅ ਮਿਲਣਗੇ ਤੂੰ ਆਪੇ 2 ਪੈਸੇ ਜੋੜ ਲਵੇਂਗਾ ਨਾਲੇ ਤੇਰੇ ਬਾਕੀ ਦੇ ਕਾਰਜ ਵੀ ਸਿੱਧ ਹੋਣ ਲੱਗ ਪੈਣਗੇ ਪਰ ਭੁੱਲੀ ਨਾ ਪ੍ਰਮਾਤਮਾ ਦਾ ਦਰ ਨਾ ਭੁੱਲੀ ਤੇ ਸੰਗਤਾਂ ਦੇ ਵਿੱਚ ਪ੍ਰਸ਼ਾਦ ਵੰਡਣਾ ਨਾ ਭੁੱਲੀ। ਇਸੇ ਤਰੀਕੇ ਹੋਇਆ। ਉਹਨਾਂ ਨੇ ਕਿਹਾ ਸੀ ਕਿ ਇਹ ਤੂੰ ਹਰ ਹਫ਼ਤੇ ਵੰਡਣਾ ਪਰ ਉਹ ਇੱਕ ਹਫ਼ਤੇ ਜਦੋਂ ਉਸਨੇ ਵੰਡਿਆ ਪ੍ਰਸ਼ਾਦ ਤੇ ਨਾਲੇ ਉਸਨੇ ਸ਼ਹਿਰ ਜਾ ਕੇ ਵਿੱਥੀਆਂ ਲੱਗਣਾ ਤਾਂ ਉਸ ਨੂੰ ਚੰਗੀ ਕਮਾਈ ਹੋ ਗਈ। ਹੁਣ ਉਸਦੇ ਕੰਮ ਸਿੱਧੇ ਹੋਣ ਲੱਗੇ ਅਗਲੇ ਹਫ਼ਤੇ ਉਹ ਫਿਰ ਪ੍ਰਮਾਤਮਾ ਨੂੰ ਭੁੱਲ ਗਿਆ। ਅਗਲੇ ਦਿਨ ਨਗਰ ਦੇ ਰਾਜੇ ਨੇ ਆਪਣੇ ਮਹਿਲ ਵਿਖੇ ਇੱਕ ਬਹੁਤ ਵੱਡਾ ਜਗ ਰੱਖਿਆ ਹੋਇਆ ਸੀ। ਉਸਨੇ ਸਾਰੇ ਨਗਰ ਨੂੰ ਨਿਯੋਤਾ ਦਿੱਤਾ ਕਿ ਅੱਜ ਹਰ ਕੋਈ ਮੇਰੇ ਘਰ ਆ ਕੇ ਖਾਣਾ ਖਾਵੇਗਾ ਪਰ ਇਹ ਜਿਹੜਾ ਵਪਾਰੀ ਸੀ ਹੁਣੇ ਲੱਕੜਾਂ ਦਾ ਕਾਰੋਬਾਰ ਕਰਨ ਲੱਗ ਪਿਆ ਸੀ ਇਸ ਕਾਰਨ ਇਹ ਦੇਰੀ ਨਾਲ ਉੱਥੇ ਪਹੁੰਚਿਆ ਆਪਣੀ ਛੋਟੀ ਪੁੱਤਰੀ ਨੂੰ ਵੀ ਨਾਲ ਲੈ ਗਿਆ ਦੇਰੀ ਨਾਲ ਪਹੁੰਚਣ ਕਰਕੇ ਉਦੋਂ ਤੱਕ ਜਿਹੜਾ ਉਸਨੇ ਇੰਤਜ਼ਾਮ ਕੀਤਾ ਸੀ ਉੱਥੇ ਤਾਂ ਖਾਣਾ ਖਤਮ ਹੋ ਗਿਆ ਤਾਂ ਰਾਜ ਨੇ ਕਿਹਾ ਕਿ ਕੋਈ ਵੀ ਮੇਰੇ ਮਹਿਲ ਦੇ ਵਿੱਚੋਂ ਭੁੱਖਾ ਨਹੀਂ ਪਰਤਣਾ ਚਾਹੀਦਾ ਇਹ ਰਾਜ ਮਹਿਲ ਦੇ ਅੰਦਰ ਆ ਕੇ ਖਾਣਾ ਖਾਣ ਉਹ ਵਪਾਰੀ ਤੇ ਉਸਦੀ ਪੁੱਤਰੀ ਦੋਵੇਂ ਅੰਦਰ ਜਾ ਕੇ ਖਾਣਾ ਖਾਣ ਲੱਗੇ ਖਾਣਾ ਖਾ ਕੇ ਵਾਪਸ ਪਰਤ ਹੀ ਰਹੇ ਸਨ ਕਿ ਰਾਜੇ ਦੀ ਰਾਣੀ ਨੇ ਰੌਲਾ ਪਾ ਦਿੱਤਾ ਕਿ ਮੈਂ ਉੱਥੇ ਇੱਕ ਹਾਰ ਟੱਗਿਆ ਹੋਇਆ ਸੀ ਬੇਸ਼ਕੀਮਤੀ ਜਿੱਥੇ ਇਹਨਾਂ ਨੇ ਖਾਣਾ ਖਾਧਾ ਤੇ ਉਹ ਹੁਣ ਗਾਇਬ ਹੈ ਇਹਨਾਂ ਨੂੰ ਸਜ਼ਾ ਦੇ ਦਿਓ ਰਾਜੇ ਨੇ ਕਿਸੇ ਦੀ ਸੁਣੀ ਨਹੀਂ ਕਿਸੇ ਨਾਲ ਸਲਾਹ مشਵਰਾ ਨਹੀਂ ਕੀਤਾ ਤੇ ਉਹਨਾਂ ਦੋਹਾਂ ਨੂੰ ਕਾਲ ਕੋਠਰੀ ਦੇ ਵਿੱਚ ਸੁੱਟ ਦਿੱਤਾ ਉਹਨਾਂ ਨੂੰ ਸਜ਼ਾ ਦੇ ਦਿੱਤੀ ਪਰ ਉਹ ਇੱਕ ਪ੍ਰਤੀਸ਼ਤ ਵੀ ਰੋਏ ਨਹੀਂ ਘੁਰਲਾਏ ਨਹੀਂ ਉਹਨਾਂ ਨੂੰ ਪਰਮਾਤਮਾ ਤੇ ਪੂਰਾ ਭਰੋਸਾ ਸੀ ਉਹ ਕਾਲ ਕੋਠਰੀ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਣ ਲੱਗੀ ਇਹ ਸਾਰਾ ਕੁਝ ਉੱਥੇ ਤਾਇਨਾਤ ਸਪਾਹੀ ਦੇਖ ਰਿਹਾ ਸੀ ਉਹ ਵੀ ਪ੍ਰਮਾਤਮਾ ਦਾ ਡਰ ਮੰਨਣ ਵਾਲਾ ਸੀ ਪੈ ਮੰਨਣ ਵਾਲਾ ਸੀ ਤੇ ਇਸ ਸਪਾਹੀ ਦੀ ਰਾਜਾ ਸੁੰਦਾ ਵੀ ਬਹੁਤ ਸੀ ਉਸ ਸਪਾਹੀ ਨੂੰ ਸ਼ੱਕ ਹੋਇਆ ਕਿ ਇਹ ਮੈਨੂੰ ਦੋਹੇ નિર્ਦੋਸ਼ ਜਾਪਦੇ ਨੇ ਇਹਨਾਂ ਨੇ ਇੱਕ ਵਾਰ ਵੀ ਝੂਠ ਫਰੇਬ ਜਾਂ ਨਾਟਕ ਨਹੀਂ ਕੀਤਾ ਇਹਨਾਂ ਨੇ ਪ੍ਰਮਾਤਮਾ ਦਾ ਦਿੱਤਾ ਹੋਇਆ ਫਰਮਾਨ ਮੰਨ ਕੇ ਆਪਣੀ ਸਜ਼ਾ ਕਬੂਲ ਕਰ ਲਈ ਹੈ ਤੇ ਕਾਲ ਕੋਠਰੀ ਦੇ ਵਿੱਚ ਬੈਠ ਕੇ ਵੀ ਪ੍ਰਮਾਤਮਾ ਦਾ ਨਾਮ ਜਪ ਰਹੇ ਨੇ ਉਸ ਨੇ ਸਾਰੀ ਕਹਾਣੀ ਜਾ ਕੇ ਵਜ਼ੀਰ ਨੂੰ ਦੱਸੀ ਤੇ ਵਜ਼ੀਰ ਨੂੰ ਸ਼ੱਕ ਹੋਇਆ ਕਿ ਰਾਜੇ ਦੀ ਘਰਵਾਲੀ ਜਾਨੀ ਕਿ ਰਾਣੀ ਦੀ ਹੀ ਇਹ ਕੋਈ ਸਾਜਿਸ਼ ਹੋ ਸਕਦੀ ਹੈ। ਉਹਨਾਂ ਨੇ ਜਦੋਂ ਇਸ ਦੀ ਸ਼ਾਨਬੀਨ ਪੜਤਾਲ ਕੀਤੀ ਤਾਂ ਜਿਸ ਰਾਣੀ ਨੇ ਰੌਲਾ ਪਾਇਆ ਸੀ ਉਹ ਅਸਲ ਦੇ ਵਿੱਚ ਕਿਸੇ ਦੂਜੇ ਦੇਸ਼ ਦੁਆਰਾ ਭੇਜੀ ਹੋਈ ਜਸੂਸ ਸੀ ਜਿਸ ਨੂੰ ਰਾਜੇ ਨੇ ਵਿਆਹ ਲਈ ਪਸੰਦ ਕਰ ਲਿਆ ਸੀ। ਉਸ ਦਾ ਵੀ ਪਰਦਾ ਚੁੱਕਿਆ ਗਿਆ। ਨਾਲ ਦੀ ਨਾਲ ਰਾਜਾ ਬੜਾ ਖੁਸ਼ ਹੋਇਆ ਕਿ ਇਸ ਵਪਾਰੀ ਦੀ ਵਜ੍ਹਾ ਕਰਕੇ ਮੈਂ ਵੱਡਾ ਘਾਟਾ ਪੈਣ ਤੋਂ ਬਚ ਗਿਆ ਹਾਂ। ਸੁਰਾਜੇ ਨੇ ਸਾਰੇ ਨਗਰ ਦੇ ਸਾਹਮਣੇ ਉਸ ਵਪਾਰੀ ਤੋਂ ਤੇ ਉਸਦੀ ਪੁੱਤਰੀ ਤੋਂ ਮਾਫੀ ਮੰਗੀ ਨਾਲ ਦੀ ਨਾਲ ਉਹਨਾਂ ਨੂੰ ਸਨਮਾਨ ਦਿੱਤਾ ਤੇ ਨਾਲ ਦੀ ਨਾਲ ਵਪਾਰੀ ਨੂੰ ਕਿਹਾ ਕਿ ਤੂੰ ਮੇਰੇ ਰਾਜ ਵਿੱਚ ਨੌਕਰੀ ਕਰੇਗਾ ਤੂੰ ਮੇਰੇ ਰਾਜ ਵਿੱਚ ਵਪਾਰ ਦਾ ਮੰਤਰੀ ਬਣੇਗਾ ਵਪਾਰ ਦੇ ਨਾਲ ਸਬੰਧਤ ਕੰਮਕਾਜ ਤੂੰ ਹੀ ਦੇਖੇਗਾ ਉਸ ਦੀ ਜਿਹੜੀ ਜ਼ਿੰਦਗੀ ਸੀ ਉਹ ਫਿਰ ਦੁਬਾਰਾ ਲਈ ਤੇ ਆ ਗਈ ਰਸਤੇ ਤੇ ਆ ਗਈ ਤੇ ਉਸ ਦੇ ਸਾਰੇ ਦੁੱਖ ਤਰਦ ਦੂਰ ਹੋ ਗਏ ਇਹ ਦੁੱਖ ਦਰਦ ਦੂਰ ਹੋਦਾ ਇਕਲੌਤਾ ਕਰਨੇ ਸੀ ਕਿ ਉਸਨੇ ਮਾੜੇ ਤੋਂ ਮਾੜੇ ਹਾਲਾਤਾਂ ਦੇ ਵਿੱਚ ਵੀ ਪ੍ਰਮਾਤਮਾ ਦਾ ਸਾਥ ਨਹੀਂ ਛੱਡਿਆ ਪ੍ਰਮਾਤਮਾ ਦਾ ਪੱਲਾ ਨਹੀਂ ਛੱਡਿਆ ਹਰੇਕ ਮਾੜੀ ਘੜੀ ਦੇ ਵਿੱਚ ਪ੍ਰਮਾਤਮਾ ਨੂੰ ਯਾਦ ਕਰਦਾ ਰਿਹਾ ਜਿੰਨਾਂ ਚਿਰ ਉਹ ਪ੍ਰਮਾਤਮਾ ਨੂੰ ਭੁੱਲਿਆ ਰਿਹਾ ਉਹਨਾਂ ਚਿਰ ਉਸਤੇ ਮੁਸੀਬਤਾਂ ਪੈਂਦੀਆਂ ਰਹੀਆਂ ਉਹਨਾਂ ਚਿਰ ਉਸਤੇ ਨਾਲ ਧਗੇ ਫਰੇਬ ਵੀ ਹੁੰਦੇ ਰਹੇ ਪਰ ਜਦੋਂ ਉਸਨੇ ਪ੍ਰਮਾਤਮਾ ਦਾ ਨਾਮ ਫਿਰ ਤੋਂ ਜਪਣਾ ਸ਼ੁਰੂ ਕਰਤਾ ਤੇ ਉਸਦੀ ਜ਼ਿੰਦਗੀ ਇੱਕ ਵਾਰ ਫਿਰ ਤੋਂ ਲਈ ਤੇ ਆ ਗਈ